दुख मैना जन पर पकारी आए जी दान दे पक्ती लायन हर सेव नैन बुलाए तन 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 जने आया जिस प्रसाद सब जगत तराया जने आवन कहे सुआओ जन के संग चित आवे नाओ आप मुक्त मुक्त करे संसार नानक तिस जन को सदा नमस्कार परम सत्कार जो सतगुरां दे साजी ने बाजी गुरु प्यारी गुरु सवारी गुरु जी का खास रूप गुरु खालसा सतसंग जी सब तो पहला मन बिरतियां नु एकाग्र करिए गुरफते दी सांझ पाइए दोवें हाथ जोड़ के सतगुरां नु शीस झुका के प्यार नाल फतेह बुलाइए फतेह दा जवाब सारी संगत फतेह विच दिओ कोई भी रसना खाली जां वांझी ना रह जावे प्यार सहित फतेह बुलाओ जी आखो जी वाहिगुरु जी का खालसा वाहिगुरु जी की फतेह। सतगुरां ने बड़ी महान कृपा कीती सानू सारिआं नू अपने चरणा विच बैठ दा बड़ा ही सुभागा बड़ा ही करमा वाला समा गुरु साहिब ने बख्शिया इस नगर नू इस इलाके नू सानू सारिआं नू जिन्हें आपां साहिब इकबाल सतगुरु धन गुरु ग्रंथ साहिब महाराज जी दे पावन चरणा विच जुड़ बैठे हाँ हाजरियां भर रहे हाँ वड्डिया भागां वाले आ वड्डिया करमां वाले आ दूरों नेड़े ओ चल करके माई पाई गुरु साहिब जी दे पावन पवित्र चरणा विच हाजरियां भर रहे सुआओ गुरु साहिब कृपा करन जितना कु समा साडे कोल बाकी रहिंदा है आपां सारे मन बरतियां नूं कागर करके गुरु साहिब दे पावन चरणा विच बैठण दा यतन करना है जिथे आपां तन करके गुरु साहिब जी दे पावन चरणा विच जुड़े हां यतन करना कि उत्थे आपां मन करके भी जुड़ीए। सतगुरु जी दे लई गुरु साहिब जी धन गुरु ग्रंथ साहिब महाराज जी दी बाणी दे लई साडे हिरदे विच प्रीत दा चश्मा फुट जाए प्रीत दा चश्मा सोमा फुट जावे भाव के साडे अंदर सतगुरु जी लई प्रीत भाव कहण दा प्रेम प्यार पैदा हो जाए साढ़े अंदर गुरु जी दे लई प्रेम प्यार श्रद्धा भावना सत्कार गुरु जी दा गुरु जी दी बाणी दा सत्कार उहदी सानू समझ आ जावे सानू मत आ जावे धरती दे हेठ भावे किन्ना मर्जी पानी होवे धरती दे हेठ जिन्ना मर्जी पानी होवे जदों ओह विचों फुट पैंदा उहनूं फिर कोई रोक नहीं सकदा आपां भावें उहनूं रोकण दी बहुत कोशिश करदे हां पर अपने आप उहने अपने रस्ते बना लैणे इसे तरह जदों साडे अंदर गुरु जी दे लई प्रीत दा चश्मा फुट जावे ना प्रीत गुरु जी दे नाल प्यार पै जाए उन्हूं फिर कोई तोड़ नहीं सकता भावे उन्हूं भी कोई रोक नहीं सकता भाव कहण दा रब नूं मिलण नूं जदों बंदा तुरदा है
ਦੁਨੀਆਂ ਤੇ ਆਪਾਂ ਵੇਖਦੇ ਆ ਲੋਕੀ ਦੁਨੀਆਂ ਬਹੁਤ ਕੁਝ ਕਹਿੰਦੀ ਹੈ ਪਰ ਗੁਰੂ ਸਾਹਿਬ ਹਮੇਸ਼ਾ ਹੀ ਉਹਦੇ ਨਾਲ ਹਮੇਸ਼ਾ ਹੀ ਰੱਬ ਨੂੰ ਮਿਲਣ ਦੀ ਜੇ ਚਾਹਨਾ ਹੈ ਨਾ ਸਾਡੇ ਅੰਦਰ ਤੇ ਰੱਬ ਨੂੰ ਆਪਾਂ ਜ਼ਰੂਰ ਮਿਲਾਂਗੇ ਸਾਡੇ ਅੰਦਰ ਜੇ ਆਪਾਂ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹਾਂ ਮਿਲਾਂਗੇ ਜ਼ਰੂਰ ਪਰ ਉਹਨੂੰ ਮਿਲਣ ਦਾ ਮਕਸਦ ਇੱਕੋ ਹੀ ਹੈ ਕਿ ਜਿਹੜੀ ਗੁਰੂ ਜੀ ਦੀ ਸਤ ਸੰਗਤ ਆਪਾਂ ਇਹ ਨਾ ਛੱਡੀਏ ਗੁਰੂ ਜੀ ਦੀ ਬਾਣੀ ਇਹ ਨਾ ਛੱਡੀਏ ਹੁਣ ਆਪਾਂ ਵੇਖਦੇ ਹਾਂ ਮੇਰੇ ਵਰਗੇ ਬਹੁਤ ਡੋਲ ਜਾਂਦੇ ਆ ਹੁਣ ਕੀ ਕਹਿੰਦੇ ਨੇ ਜੀ ਨਿਤਨੇਮ ਕਰਨੇ ਆ ਬਾਣੀ ਪੜ੍ਹਦੇ ਆ ਪਰ ਮਨ ਨਹੀਂ ਲੱਗਦਾ ਬਾਣੀ ਪੜ੍ਹਨ ਵਿੱਚ ਮਨ ਨਹੀਂ ਜੁੜਦਾ ਬਾਣੀ ਪੜ੍ਹਨ ਵਿੱਚ ਸਾਡਾ ਮਨ ਹੀ ਨਹੀਂ ਮਨ ਭੜਕਦਾ ਰਹਿੰਦਾ ਹੈ ਇੱਧਰ ਉੱਧਰ ਇਹ ਬਾਣੀ ਇਹਨੇ ਤੇ ਤੇਰਾ ਮਨ ਜੋੜਨਾ ਬਾਣੀ ਹੀ ਸਾਡਾ ਮਨ ਜੋੜ ਸਕਦੀ ਹੈ ਨਾ ਕੁੰਭੇ ਬੰਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੰਦਾ ਮਨ ਰਹੇ ਗੁਰ ਬਿਨ ਗਿਆਨ ਨਾ ਗੁਰੂ ਜੀ ਤੋਂ ਬਿਨਾਂ ਆਪਾਂ ਨੂੰ ਗਿਆਨ ਨਹੀਂ ਹੋਣਾ ਹੁਣ ਦਵਾਈ ਲੈਣੀ ਹੈ ਆਪਾਂ ਦਵਾਈ ਤੋਂ ਪਹਿਲਾਂ ਤਾਂ ਅਸਰ ਨਹੀਂ ਹੋਣਾ ਜਦੋਂ ਦਵਾਈ ਲੈਣੀ ਹੈ ਤਾਂ ਆਪਾਂ ਉਦੋਂ ਬਾਅਦ ਵਿੱਚ ਅਸਰ ਹੋਏਗਾ ਅਸਰ ਤੇ ਬਾਅਦ ਵਿੱਚ ਹੀ ਹੋਣਾ ਦਵਾਈ ਲਈ ਨਹੀਂ ਠੀਕ ਤੇ ਹੋ ਹੀ ਨਹੀਂ ਸਕਦੇ ਦਵਾਈ ਭਾਵ ਕਹਿਣ ਦਾ ਜੇ ਦਵਾਈ ਲੈਣੀ ਹੈ ਤੇ ਅਸਰ ਤੇ ਉਹਦਾ ਪਹਿਲਾਂ ਹੋਣਾ ਨਹੀਂ ਜਦੋਂ ਆਪਾਂ ਦਵਾਈ ਲੈਂਦੇ ਹਾਂ ਅਸਰ ਉਹਦਾ ਬਾਅਦ ਵਿੱਚ ਹੋਣਾ ਇਸੇ ਤਰ੍ਹਾਂ ਨਿਤਨੇ ਬਾਣੀ ਉਹ ਜਿਉਂ ਜਿਉਂ ਆਪਾਂ ਪੜਾਂਗੇ ਫਿਰ ਮਨ ਤੇ ਟਿਕ ਜਾਣਾ ਮਨ ਟਿਕ ਜਾਣਾ ਮਨ ਤੇ ਭੱਜਣਾ ਹੀ ਨਹੀਂ ਮਨ ਜੁੜ ਜਾਣਾ ਡੋਲਣ ਦੀ ਕੋਈ ਲੋੜ ਨਹੀਂ ਮਨ ਤੇਰਾ ਟਿਕ ਜਾਣਾ ਮਨ ਆਪ ਹੀ ਟਿਕ ਜਾਣਾ ਇਹ ਮਨ ਗੁਰਬਾਣੀ ਨੇ ਜੋੜਨਾ ਮਨ ਸਤਸੰਗਤ ਨੇ ਜੋੜਨਾ ਜੁੜ ਜਾਂਗੇ ਜੀ ਆਪਾਂ ਗੁਰਬਾਣੀ ਨਾਲ ਰੱਬ ਜੀ ਦੇ ਨਾਲ ਆਪਣਾ ਮੇਲ ਹੋ ਜਾਣਾ ਜਦੋਂ ਆਪਾਂ ਸੇਵਾ ਕਰਾਂਗੇ ਤਨ ਮਨ ਧਨ ਨਾਲ ਸੇਵਾ ਕਰਾਂਗੇ ਸਤਸੰਗਤ ਕਰਾਂਗੇ ਮਿਲਾਂਗੇ ਜ਼ਰੂਰ ਪਰ ਸਿੱਧਾ ਨਹੀਂ ਰੱਬ ਨੂੰ ਮਿਲ ਸਕਦੇ ਸਿੱਧਾ ਆਪਾਂ ਪਰਮੇਸ਼ੁਰ ਨੂੰ ਪਾ ਨਹੀਂ ਨਾ ਸਕਦੇ ਮਕਸਦ ਮੈਂ ਪਹਿਲਾਂ ਅਰਜ ਕਰਨਾ ਰੱਬ ਜੀ ਨੂੰ ਮਿਲਣ ਦਾ ਮਕਸਦ ਕੀ ਹੈ ਤਨ ਮਨ ਧਨ ਨਾਲ ਸੇਵਾ ਕਰਨੀ ਹਰ ਰੋਜ਼ ਸਤਸੰਗਤ ਕਰਨੀ ਗੁਰੂ ਜੀ ਦਾ ਪੱਲਾ ਫੜਨਾ ਸਤਸੰਗਤ ਕਰਨੀ ਇਹ ਗੁਰੂ ਜੀ ਦਾ ਪੱਲਾ ਹੈ ਇਹ ਆਪਾਂ ਛੱਡੀਏ ਨਾ ਸਤਸੰਗਤ ਕਰੋ ਸੇਵਾ ਕਰੋ ਤੇ ਮੇਲ ਹੋ ਜਾਣਾ ਆਪਣਾ ਵਾਹਿਗੁਰੂ ਹੋ ਜਾਣਾ ਪਿੱਛੇ ਵੇਖਣ ਦੀ ਕੋਈ ਲੋੜ ਨਹੀਂ ਦੁਨੀਆਂ ਵੱਲ ਵੇਖਣ ਦੀ ਕੋਈ ਲੋੜ ਨਹੀਂ ਆਪਾਂ ਨੂੰ ਰੱਬ ਨੂੰ ਮਿਲਣਾ ਚਾਹੁੰਦੇ ਹਾਂ ਮਿਲ ਜਾਵਾਂਗੇ ਗੁਰੂ ਜੀ ਦਾ ਪੱਲਾ ਭਾਵ ਕੇ ਸਤਸੰਗਤ ਕਰੋ ਸਤਸੰਗਤ ਕਰੋ ਇਹ ਨਾ ਛੱਡੋ ਇਹ ਹੈ ਗੁਰੂ ਨਾਨਕ ਦਾ ਦਰ ਹੈ ਜੀ ਆ ਵੇਖੋ ਕਿੰਨੀਆਂ ਰੌਣਕਾਂ ਲੱਗੀਆਂ ਜੈ ਜੈਕਾਰਾ ਉਹਨਾਂ ਮਹਾਂਪੁਰਸ਼ਾਂ ਦੀਆਂ ਹੋ ਰਹੀਆਂ ਨੇ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਗੁਰੂ ਸਾਹਿਬ ਦੇ ਪਾਵਨ ਚਰਨਾਂ ਵਿੱਚ ਜੁੜੇ ਹੋਏ ਹਾਂ ਔਰ ਕਿੰਨੀ ਕੁ ਕਮਾਈ ਭਾਵੇਂ ਕੋਈ ਮਹਾਂਪੁਰਖ ਕੋਈ ਹੋਵੇ ਕਿਉਂਕਿ ਦੁਨੀਆਂ ਤੇ ਬਹੁਤ ਮਹਾਂਪੁਰਸ਼ ਹੋਏ ਆ ਤੇ ਅੱਜ ਵੀ ਨੇ ਜਿਹੜਾ ਉਸ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕਰਦਾ ਹੈ ਭਾਵੇਂ ਸਰੀਰ ਕਰਕੇ ਵੀ ਨਹੀਂ ਜੋਤ ਤੇ ਅਮਰ ਰਹਿੰਦੀ ਹੈ ਸਰੀਰ ਤੇ ਮਰ ਜਾਂਦਾ ਜੋਤ ਉਹਨਾਂ ਦੀ ਅਮਰ ਰਹਿੰਦੀ ਹੈ ਪਰ ਉਦੋਂ ਬਾਅਦ ਆਪਾਂ ਵੇਖੀਏ ਉਦੋਂ ਵੀ ਉਹਨਾਂ ਦੀਆਂ ਜੈ ਜੈਕਾਰਾਂ ਹੁੰਦੀਆਂ ਉਦੋਂ ਵੀ ਜੈ ਜੈਕਾਰਾਂ ਹੁੰਦੀਆਂ ਕਿਉਂਕਿ ਉਹਨਾਂ ਨੇ ਪਰਮੇਸ਼ਰ ਜੀ ਦੇ ਨਾਮ ਦੀ ਕਮਾਈ ਕੀਤੀ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਨਾਲ ਕਿੰਨਿਆਂ ਨੂੰ ਜੋੜਿਆ ਤੇ ਅੱਜ ਵੀ ਜੋੜਦੇ ਆ ਆਪਾਂ ਕਿੱਥੇ ਗਿਣਤੀ ਕਰ ਲਾਂ ਜਿੰਨਿਆਂ ਨੂੰ ਜੋੜਦਾ ਜਿਨ੍ਹਾਂ ਨੂੰ ਉਹਨਾਂ ਨੇ ਜੋੜਿਆ ਤੇ ਕਿੰਨਿਆਂ ਨੂੰ ਜੋੜ ਗਏ ਆਪਾਂ ਗਿਣਤੀ ਨਹੀਂ ਕਰ ਸਕਦੇ ਬਸ ਹਮੇਸ਼ਾ ਹੀ ਸਤ ਸੰਗਤਾਂ ਦੇ ਚਰਨਾਂ ਵਿੱਚ ਉਹ ਬੇਨਤੀ ਕਰਨੇ ਆ
ਗਿਣਤੀ ਤੇ ਪਰ ਆਪਾਂ ਕਰ ਨਹੀਂ ਨਾ ਸਕਦੇ ਵੀ ਕਿੰਨਿਆਂ ਨੂੰ ਜੋੜ ਗਏ, ਬਸ ਆਪ ਇਹੀ ਕਹਿ ਸਕਦੇ ਹਾਂ ਕਿ ਲੱਖਾਂ ਨੂੰ ਤਾਰ ਗਏ ਤੇ ਹੁਣ ਵੀ ਤਾਰ ਗਏ, ਉਦੋਂ ਵੀ ਤਾਰਿਆ ਨਾ, ਸਰੀਰ ਕਰਕੇ ਵੀ ਤਾਰਿਆ, ਸਰੀਰ ਕਰਕੇ ਤੇ ਤਾਰਿਆ ਹੀ ਉਹਨਾਂ ਨੇ, ਪਰ ਹੁਣ ਵਿੱਚ ਵਰਤ ਕੇ ਤਾਰ ਲਏ, ਵਿੱਚ ਵਰਤ ਕੇ ਤਾਰ ਲਏ। ਇਹ ਸਾਧੂ ਦੀ ਕਮਾਈ ਹੁੰਦੀ। ਆਪਾਂ ਜਿਵੇਂ ਸ਼ੁਰੂ ਤੋਂ ਸ਼ਬਦ ਪੜ੍ਹਿਆ ਸੀ, ਕਿੰਨੀ ਵਣਜਿਆ ਕੰਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋਹ ਵਣਜਿਆ ਨਾਮ ਗੋਬਿੰਦ, ਐਸੀ ਖੇਪ ਹਮਾਰੀ। ਕਹਿੰਦੇ ਦੁਨੀਆਂ ਤੇ ਕੋਈ ਸੋਨੇ ਦਾ ਵਪਾਰ ਕਰਦਾ ਹੈ, ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਕੋਈ ਗਹਿਣਿਆਂ ਦਾ, ਕੋਈ ਪਸ਼ੂਆਂ ਦਾ ਵਪਾਰ ਕਰਦਾ, ਖੇਤੀ ਦਾ ਬਿਜ਼ਨਸ, ਨੌਕਰੀ ਕਰਦਾ, ਅਲੱਗ ਅਲੱਗ ਵਪਾਰ ਨੇ, ਕੋਈ ਕੁਝ ਕਰਦਾ, ਕੋਈ ਕੁਝ ਕਰਦਾ। ਆਪਾਂ ਵਪਾਰ ਕਰਦੇ ਹਾਂ, ਜੋ ਗੁਰੂ ਸਾਹਿਬ ਨੇ ਇੱਥੇ ਸਾਨੂੰ ਕਿਹਾ ਨਾ, ਕਿੰਨੀ ਵਣਜਿਆ ਕਾਂਸੀ ਤਾਂਬਾ, ਇਹ ਆਪਾਂ ਵਪਾਰ ਕਰਦੇ ਹਾਂ ਨਾ। ਕਹਿੰਦੇ ਕਿੰਨੀ ਲੌਂਗ ਸੁਪਾਰੀ, ਸੰਤੋਹ ਵਣਜਿਆ ਨਾਮ ਗੋਬਿੰਦ ਕਾ, ਆਪਾਂ ਤੇ ਇਹ ਵਪਾਰ ਕਰਨੇ ਆ, ਸਮਝ ਲਓ ਆਪਾਂ ਤੇ ਇਹ ਵਪਾਰ ਕਰਨਾ ਆ ਨਾ, ਕਰਦੇ ਆ, ਪਰ ਸਾਧੂ ਕਾਹਦਾ ਵਪਾਰ ਕਰਦੇ ਨੇ, ਸਾਧੂ ਉਹਦੇ ਨਾਮ ਦਾ ਵਪਾਰ, ਸਾਧੂ ਉਹਦੇ ਨਾਮ ਦੀ ਕਮਾਈ ਕਰਦੇ ਨੇ, ਹਮੇਸ਼ਾ ਹੀ ਸਾਰੀ ਜ਼ਿੰਦਗੀ ਉਹਦੇ ਨਾਮ ਦੀ ਕਮਾਈ ਕਰਦੇ। ਬਹੁਤ ਵਾਰੀ ਸੁਣਦੇ ਹੋ ਤੁਸੀਂ, ਭਾਵੇਂ ਉਹ ਸੁਣਦੇ ਆ, ਭਾਵੇਂ ਜਾਗਦੇ ਨੇ, ਭਾਵੇਂ ਉੱਠਦੇ ਨੇ, ਭਾਵੇਂ ਬਹਿੰਦੇ ਨੇ, ਕਿਤੇ ਹੋਵੇ ਕੋਈ ਉਹਨਾਂ ਤੇ ਸਮਾਂ ਹੋਵੇ, ਭਾਵੇਂ ਗਰਮੀ ਹੋਵੇ, ਭਾਵੇਂ ਸਰਦੀ ਹੋਵੇ, ਕੋਈ ਸਮਾਂ ਹੋਵੇ, ਪਰ ਹਰ ਸਮੇਂ ਹਰ ਵੇਲੇ ਸਤਿਗੁਰੂ ਪਰਮੇਸ਼ੁਰ ਉਹਨਾਂ ਦੇ ਨਾਲ। ਪਰ ਇੱਥੋਂ ਤੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਬਲਿਹਾਰੇ ਜਾਈਏ ਭਾਈ, ਇਹੋ ਜਿਹਾ ਪੋ ਸੋ ਸਤਿਗੁਰ ਜੀ ਸ੍ਰੀਦਾ ਹਰਨਾਉ। ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਜਿਹੜਾ ਉਹਦੇ ਨਾਮ ਦੀ ਕਮਾਈ ਕਰਦਾ, ਉਹ ਵੀ ਸਤਿਗੁਰੂ ਵਾਹਿਗੁਰੂ ਕੇ ਆਖੋ ਸਤਨਾਮ, ਉਹ ਵੀ ਵਾਹਿਗੁਰੂ ਸਤਿਗੁਰੂ, ਸਤਿਗੁਰ ਪਰਮੇਸ਼ਰ ਵਾਹਿਗੁਰੂ, ਕਿਉਂ ਸਤਿਗੁਰੂ ਹੈ, ਪਰਮੇਸ਼ਰ ਹੈ, ਉਹ ਤੋਂ ਬਲਿਹਾਰੇ ਜਾਈਏ। ਵੈਸੇ ਬਲਿਹਾਰੇ ਆਪਾਂ ਕਿਉਂ ਨਾ ਜਾਈਏ, ਜਿਹਨਾਂ ਨੇ ਇੰਨਿਆਂ ਨੂੰ ਜੋੜਤਾ, ਰੰਗ ਰਤੜੀ ਰੂਹ, ਉਹਦੇ ਨਾਮ ਵਿੱਚ ਰੰਗੀ ਹੋਈ ਰੂਹ, ਨਾਮ ਵਿੱਚ ਰੰਗੀ ਹੋਈ ਰੂਹ ਦਾ ਨਾਮ ਲਵੋ ਤੇ ਸਾਡੀ ਰਸਨਾ ਸਫਲੀ ਹੋ ਜਾਣੀ। ਉਹ ਜਿੱਥੇ ਰਹਿੰਦੇ ਨੇ, ਕਿੱਥੇ ਰਹਿੰਦੇ ਨੇ, ਉਹ ਕਿਸ ਨਗਰ ਵਿੱਚ ਰਹਿੰਦੇ ਆ, ਉਸ ਨਗਰ ਦਾ ਵੀ ਨਾਂ ਲਈਏ ਤੇ ਤਾਂ ਵੀ ਜੀਵਨ ਸਫਲ ਹੀ ਹੋ ਜਾਂਦੀ ਹੈ, ਸਫਲ ਹੀ ਹੋ ਜਾਂਦੀ ਹੈ। ਉਸ ਜਗ੍ਹਾ ਦਾ, ਉਸ ਧਰਤੀ ਦਾ ਜਰਰਾ ਜਰਰਾ ਪਵਿੱਤਰ ਹੋ ਜਾਂਦਾ। ਜਿਵੇਂ ਮਹਾਂਪੁਰਸ਼ ਤੁਹਾਨੂੰ ਕਹਿ ਰਹੇ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਮਹਾਰਾਜ ਸੰਤ ਅਜੀਤ ਸਿੰਘ ਜੀ ਨਥਮਨਪੁਰ ਵਾਲੇ, ਬੜੀ ਕਮਾਈ ਸੀ ਮਹਾਂਪੁਰਸ਼ਾਂ, ਬੜੀ ਨਿਮਰਤਾ, ਬੜਾ ਪ੍ਰੇਮ ਪਿਆਰ, ਭਾਵੇਂ ਮਾੜਾ ਹੋਵੇ ਭਾਵੇਂ ਕੋਈ ਚੰਗਾ ਹੋਵੇ, ਸਭ ਨੂੰ ਪ੍ਰੇਮ ਨਾਲ ਬੋਲਣਾ, ਪ੍ਰੇਮ ਨਾਲ ਬੁਲਾਉਣਾ, ਕਿਉਂਕਿ ਇਹ ਮਹਾਂਪੁਰਸ਼ ਦੀ ਸਾਧੂ ਦੀ ਖਾਸੀਅਤ ਹੁੰਦੀ ਹੈ। ਸਾਧੂ ਪ੍ਰੇਮ ਦਾ ਨਾਂ, ਸਾਧੂ ਪਿਆਰ ਦਾ ਨਾਂ, ਉਹਨਾਂ ਨੇ ਜਿਹਦੇ ਨਾਲ ਬੋਲਣਾ, ਸਾਧੂ ਕੋਈ ਵੀ ਹੋਵੇ, ਜਿਹਨਾਂ ਨੂੰ ਬੋਲਦੇ ਨੇ, ਜਿਹਨਾਂ ਨੂੰ ਬੁਲਾਉਂਦੇ ਨੇ ਪ੍ਰੇਮ ਨਾਲ, ਪ੍ਰੇਮ ਨਾਲ ਹੀ ਬੋਲਦੇ ਨੇ ਤੇ ਪ੍ਰੇਮ ਨਾਲ ਬੁਲਾਉਂਦੇ। ਸੁਣ ਰਹੇ ਸੀ ਆਪਾਂ ਪਹਿਲਾਂ, ਕੋਈ ਬਚਨ ਕਰ ਦੇਣ, ਉਹ ਬਿਰਥਾ ਨਹੀਂ ਸੀ ਜਾਂਦਾ, ਬਿਰਥਾ ਨਹੀਂ ਸੀ ਜਾਂਦਾ ਉਹਨਾਂ, ਬੜੀ ਕਮਾਈ। ਕਿੰਨੇ ਹੀ ਮਹਾਂਪੁਰਸ਼ ਆਏ ਮਹਾਂਪੁਰਸ਼ਾਂ ਦੇ ਕੋਲ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਆਏ, ਉਹਨਾਂ ਨੇ ਕਹਿੰਦੇ ਇਹ ਬਚਨ ਕੀਤਾ ਸੀ ਮਹਾਂਪੁਰਸ਼ਾਂ ਨੇ, ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ, ਕਹਿੰਦੇ ਜੀ ਇੱਕ ਤੇ ਉਹ ਰੱਬ ਹੈ ਤੇ ਇੱਕ ਨਥਮਲਪੁਰ ਦੀ ਧਰਤੀ ਤੇ ਤੁਰਦਾ ਫਿਰਦਾ ਰੱਬ ਮਹਾਂਪੁਰਸ਼ ਬਾਬਾ ਅਜੀਤ ਸਿੰਘ।
ਬਾਬਾ ਅਜੀਤ ਸਿੰਘ ਜੀ ਨਥਮੁਨਪੁਰ ਦੀ ਧਰਤੀ ਤੇ ਤੁਰਦੇ ਫਿਰਦੇ ਰਹੇ। ਬੜੀ ਕਮਾਈ ਸੀ ਮਹਾਂਪੁਰਸ਼ਾਂ ਦੀ, ਜੇ ਕਿਸੇ ਨੇ ਕਹਿ ਦੇਣਾ ਸਾਧੂ ਉਹ ਕਿਤੇ ਬੜੇਵੇਂ ਦਿੰਦੇ। ਆ ਮੇਰੇ ਬਚਨ ਖਿਆਲ ਵਿੱਚ ਆ ਗਿਆ, ਚੇਤਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਆਨੰਦਪੁਰ ਕਲੌੜ ਉੱਥੋਂ ਵੀ ਆਈ ਹੈ ਸੰਗਤ। ਆਨੰਦਪੁਰ ਕਲੌੜ ਪਿੰਡ ਚੁੰਨੀ ਰੋਡ ਤੇ ਜਦੋਂ ਜਾਂਦੇ ਤੇ ਆਨੰਦਪੁਰ ਕਲੌੜ ਪਿੰਡ ਆਉਂਦੇ ਤੇ ਉੱਥੋਂ ਦੀ ਇੱਕ ਬੀਬੀ ਸੀ, ਬੜੀ ਸ਼ਰਧਾਲੂ ਸੀ। ਹਰ ਰੋਜ਼ ਮਹਾਂਪੁਰਸ਼ਾਂ ਕੋਲ ਆਉਂਦੀ ਸੀ, ਬਾਬਾ ਅਜੀਤ ਸਿੰਘ ਜੀ ਦੇ ਕੋਲ। ਬੜਾ ਪ੍ਰੇਮ ਬੜਾ ਪਿਆਰ ਕਰਦੀ ਸੀ, ਬੜੀ ਸ਼ਰਧਾ ਭਾਵਨਾ ਸਤਿਕਾਰ ਸੀ ਉਸ ਬੀਬੀ ਦੇ ਬੰਦ ਅੰਦਰ, ਬੜਾ ਪਿਆਰ ਸੀ। ਤੇ ਜਿੱਥੇ ਉਹ ਬੀਬੀ ਰਹਿੰਦੀ ਸੀ ਉਹਨਾਂ ਦੇ ਘਰ ਦੇ ਸਾਹਮਣੇ ਨਾ, ਜਿਵੇਂ ਆਪਾਂ ਗੁਆਂਢੀ ਕਹਿ ਦਿੰਦੇ ਹਾਂ, ਘਰ ਦੇ ਸਾਹਮਣੇ ਗੁਆਂਢੀ ਰਹਿੰਦੇ ਸੀ ਤੇ ਉਹਨਾਂ ਦੇ ਘਰ ਬੜਾ ਲੜਾਈ ਝਗੜਾ ਕਲੇਸ਼ ਰਹਿੰਦਾ ਸੀ। ਹਰ ਰੋਜ਼ ਲੜਾਈ ਝਗੜਾ ਕਲੇਸ਼। ਤੇ ਆਪਾਂ ਜਾਣਦੇ ਹਾਂ ਕਲੇਸ਼ ਲੜਾਈ ਝਗੜਾ ਕਿਹੋ ਜਿਹਿਆਂ ਦੇ ਹੁੰਦਾ, ਆਪਾਂ ਨੂੰ ਪਤਾ ਹੀ। ਉਹਨਾਂ ਦੇ ਕਹਿੰਦੇ ਹਰ ਰੋਜ਼ ਲੜਾਈ ਝਗੜਾ ਕਲੇਸ਼ ਰਹਿੰਦਾ ਸੀ। ਤੇ ਇੱਕ ਦਿਨ ਉਹ ਬੀਬੀ ਨੇ ਕਿਹਾ, ਜਿਹੜੀ ਮਹਾਂਪੁਰਸ਼ਾਂ ਕੋਲ ਹੁੰਦੀ ਸੀ, ਉਸ ਬੀਬੀ ਨੇ ਕਿਹਾ, ਕਹਿੰਦੀ ਚੱਲ ਬੀਬੀ, ਜਿਹਨਾਂ ਦੇ ਘਰ ਲੜਾਈ ਝਗੜਾ ਰਹਿੰਦਾ ਸੀ। ਉਹ ਬੀਬੀ ਕਹਿੰਦੀ, ਜੋ ਮਹਾਂਪੁਰਖਾਂ ਦੀ ਸ਼ਰਧਾਲੂ ਸੀ ਆਪਣੀ ਗੁਆਂਢ ਨੂੰ, ਕਹਿੰਦੀ ਬੀਬੀ ਚੱਲ ਮੇਰੇ ਨਾਲ, ਮੈਂ ਤੈਨੂੰ ਨਥਮੁਨਪੁਰ ਵਾਲੇ ਮਹਾਂਪੁਰਸ਼ਾਂ ਕੋਲ, ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਦੇ ਕੋਲ ਲੈ ਚੱਲਣੀ ਆ। ਮੇਰੇ ਨਾਲ ਚੱਲ, ਮੈਂ ਉਹਨਾਂ ਦੇ ਕੋਲ ਤੈਨੂੰ ਲੈ ਚੱਲਣੀ ਆ, ਤੇ ਤੂੰ ਮਹਾਂਪੁਰਖਾਂ ਕੋਲ ਜਾ ਕੇ ਬੇਨਤੀ ਕਰਦੀ, ਰਜੋਈ ਕਰਦੀ, ਖਬਰੇ ਆ ਜਿਹੜਾ ਤੇਰੇ ਹਰ ਰੋਜ਼ ਘਰ ਵਿੱਚ ਲੜਾਈ ਝਗੜਾ ਕਲੇਸ਼ ਰਹਿੰਦਾ ਹੈ, ਇਹ ਖਬਰੇ ਮਹਾਂਪੁਰਖ ਦੂਰ ਕਰ ਦੇ, ਤੂੰ ਮੇਰੇ ਨਾਲ ਚੱਲ ਇੱਕ ਵਾਰੀ ਕਰ ਦੇ ਮੇਰੇ। ਉਹ ਬੀਬੀ ਨਹੀਂ ਮੰਨੀ, ਕਹਿੰਦੀ ਮੈਂ ਨਹੀਂ ਜਾਣਾ। ਬੀਬੀ ਨਹੀਂ ਮੰਨਦੀ, ਕਹਿੰਦੀ ਨਹੀਂ, ਸਾਧੂਆਂ ਕੋਲ, ਬਾਬਿਆਂ ਕੋਲ, ਕਹਿੰਦੀ ਸਾਧੂਆਂ ਕੋਲ ਜਾਣ, ਬਾਬਿਆਂ ਕੋਲ ਜਾਣ, ਕਹਿੰਦੀ ਬਾਬੇ ਕੀ ਹੁੰਦੇ ਆ। ਉਹ ਬੀਬੀ ਕਹਿੰਦੀ, ਕਹਿੰਦੀ ਬਾਬੇ ਕੀ ਹੁੰਦੇ ਨੇ, ਸਾਧੂ ਕੀ ਹੁੰਦੇ ਨੇ। ਤੇ ਉਹ ਬੀਬੀ ਕਹਿੰਦੀ, ਬੀਬੀ ਤੂੰ ਏਦਾਂ ਨਾ ਬੋਲ, ਤੂੰ ਏਦਾਂ ਨਾ ਬੋਲ, ਏਦਾਂ ਕਿਉਂ ਬੋਲਦੀ ਹੈ। ਕਹਿੰਦੀ ਮੈਂ ਸਾਧੂਆਂ ਕੋਲ ਨਹੀਂ ਜਾਣਾ। ਦੂਜੀ ਵਾਰ ਫਿਰ ਕਹਿੰਦੀ, ਕਹਿੰਦੀ ਚੱਲ ਮੇਰੇ ਨਾਲ ਚੱਲ। ਦੂਜੀ ਵਾਰ ਫਿਰ ਕਹਿੰਦੀ ਮੈਂ ਨਹੀਂ ਜਾਣਾ। ਤੀਜੀ ਵਾਰੀ ਕਹਿੰਦੇ ਜਦੋਂ ਬੀਬੀ ਕਹਿੰਦੀ ਵੀ ਚੱਲ ਮੈਂ ਤੈਨੂੰ ਨਾਲ ਲੈ ਚੱਲਣੀ ਆ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੇ ਘਰ ਵਿੱਚ ਲੜਾਈ ਝਗੜਾ ਗੜੇ ਸਭ ਖਤਮ ਹੋ ਜਾਏਗਾ। ਤੀਜੀ ਵਾਰ ਜਦੋਂ ਉਹਨੇ ਕਿਹਾ ਨਾ, ਤੇ ਉਹ ਬੀਬੀ ਕਹਿੰਦੀ ਕੀ ਚੱਲ ਜਾਣਾ ਬਾਬਿਆਂ ਕੋਲ, ਬਾਬੇ ਬੜੇਵੇਂ ਦਿੰਦੇ। ਕਹਿੰਦੀ ਕੀ ਗੱਲ, ਕਹਿੰਦੀ ਬਾਬੇ ਬੜੇਵੇਂ ਦਿੰਦੇ ਨੇ, ਸੱਚੀ ਗੱਲ ਮੈਂ ਤੁਹਾਨੂੰ ਕਹਿ ਰਿਹਾ, ਧਿਆਨ ਨਾਲ ਜ਼ਰਾ ਕੁ ਸੁਣਿਓ। ਉਹ ਕਹਿੰਦੀ ਬੀਬੀ, ਕਹਿੰਦੀ ਬਾਬੇ ਬੜੇਵੇਂ ਦਿੰਦੇ ਆ। ਕਹਿੰਦੀ ਬੀਬੀ ਏਦਾਂ ਦਾ, ਚਲੋ ਉਹਨੂੰ ਮਨਾ ਕੇ ਫਿਰ ਉਹਦੇ ਤਰਲੇ ਕਰਕੇ ਲੈ ਹੀ ਆਈ ਮਹਾਂਪੁਰਸ਼ਾਂ, ਉਹਨੂੰ ਮਨਾ ਕੇ ਲੈ। ਜਦੋਂ ਲੈ ਕੇ ਆਈ ਨਾ, ਤੇ ਮਹਾਂਪੁਰਸ਼ ਬੈਠੇ ਆ, ਸੰਗਤਾਂ ਬੈਠੀਆਂ ਨੇ, ਤੇ ਮਹਾਂਪੁਰਸ਼ ਨਾ ਕਹਿੰਦੇ ਪਤਾਸਿਆਂ ਦਾ ਪ੍ਰਸ਼ਾਦ ਵੰਡ ਰਹੇ ਸੀ ਸੰਗਤਾਂ। ਇਹਦਾ ਲਾਈਨ ਲੱਗੀ ਹੋਈ ਤੇ ਸੰਗਤ, ਉਹ ਬੀਬੀ ਪਿੱਛੇ ਖੜੀ, ਪਿੱਛੇ ਖੜੀ, ਜਿਹੜੇ ਪ੍ਰਸ਼ਾਦ ਲੈ ਰਹੇ ਸੀ, ਪਤਾਸਿਆਂ ਦਾ ਪ੍ਰਸ਼ਾਦ ਵੰਡ ਰਹੇ ਸੀ। ਕਹਿੰਦੇ ਬਾਬਾ, ਫਿਰ ਜਦੋਂ ਉਹ ਬੀਬੀ ਦੀ ਵਾਰੀ ਆਈ ਨਾ, ਜਿਹੜੀ ਕਹਿੰਦੀ ਸੀ ਬਾਬੇ ਬੜੇਵੇਂ ਦਿੰਦੇ, ਜਦੋਂ ਬੀਬੀ ਦੀ ਵਾਰੀ ਆਈ, ਹੁਣ ਮਹਾਂਪੁਰਸ਼ ਤੇ ਜਾਣੀ ਜਾਣ ਹੁੰਦੇ ਆ ਨਾ, ਉਹ ਬੀਬੀ ਦੀ ਕਹਿੰਦੇ ਜਦੋਂ ਵਾਰੀ ਆਈ ਤੇ ਮਹਾਂਪੁਰਸ਼ਾਂ ਨੇ ਉਹਨੂੰ ਏਦਾਂ ਪਤਾਸਿਆਂ ਦਾ ਪ੍ਰਸ਼ਾਦ ਦਿੱਤਾ, ਪਤਾਸਿਆਂ ਦਾ ਪ੍ਰਸ਼ਾਦ ਕਹਿੰਦੇ ਦਿੱਤਾ। ਉਹਨੇ ਏਦਾਂ ਹੱਥ ਬੰਦ ਕੀਤੇ, ਪਤਾਸੇ ਲੈ ਕੇ ਹੱਥ ਬੰਦ ਕੀਤੇ। ਕਹਿੰਦੇ ਜਦੋਂ ਸੰਗਤ ਵਿੱਚ ਬੈਠੀ, ਸੰਗਤ ਵਿੱਚ ਬੈਠੀ, ਹੱਥ ਖੋਲੇ ਤੇ ਹੱਥ ਵਿੱਚ ਕੀ ਬੜੇਵੇਂ, ਹੱਥ ਖੋਲੇ ਤੇ ਹੱਥ ਵਿੱਚ ਬੜੇਵੇਂ। ਉਹਨੇ ਕਹਿੰਦੇ ਜਦੋਂ ਵੇਖਿਆ, ਵੇਖ ਕੇ ਹੈਰਾਨ ਰਹੇ, ਹੈਰਾਨ ਰਹਿ ਗਈ, ਵੇਖ ਐਡੀ ਵੱਡੀ ਭੁੱਲ ਹੋ ਗਈ, ਐਡੀ ਵੱਡੀ ਅਵਗਿਆ ਹੋ ਗਈ,
ਮੈਂ ਤੇ ਸਮਝ ਨਹੀਂ ਪਾਈ, ਮੈਂ ਤੇ ਕਿਹਾ ਸੀ ਕਿ ਬਾਬੇ ਬੜੇਵੇਂ ਦਿੰਦੇ ਨੇ, ਪਰ ਸੱਚੀ ਮੁੱਚੀ ਮੇਰੇ ਹੱਥ ਵਿੱਚ ਬੜੇਵੇਂ। ਉਹ ਕਹਿੰਦੇ ਚਰਨਾਂ ਚ ਡਿੱਗ ਪਏ, ਕਹਿੰਦੇ ਬਾਬਾ ਜੀ ਮਾਫ ਕਰ, ਬੜੀ ਵੱਡੀ ਵਗਿਆ ਹੋ, ਬੜੀ ਵੱਡੀ ਮੈਥੋਂ ਭੁੱਲ ਹੋ ਗਈ, ਮੈਨੂੰ ਮਾਫ ਕਰ ਦਿਓ, ਮੈਨੂੰ ਬਖਸ਼ ਲਿਓ, ਹੁਣ ਤੁਹਾਡੇ ਕੋਲ ਆਈ ਆ, ਹੁਣ ਬੇੜਾ ਪਾਰੀ ਦਾ ਕਰ ਦਿਓ। ਵੇਖੋ ਜੀ ਆਪਾਂ ਆਮ ਜੀ, ਆਪਾਂ ਇਨਸਾਨ ਇਸ ਦੁਨੀਆਂ ਤੇ ਆਉਂਦੇ ਆ, ਸੱਚੀ ਗੱਲ ਇਸ ਦੁਨੀਆਂ ਤੇ ਆਉਂਦੇ ਆ ਕਰਮਾਂ ਦੇ ਬੰਦੇ, ਪਰ ਸਾਧੂ ਕਰਮਾਂ ਦੇ ਬੰਦੇ ਨਹੀਂ ਹੁੰਦੇ ਕਦੇ। ਆਪਾਂ ਇਸ ਦੁਨੀਆਂ ਤੇ ਆਉਂਦੇ ਆ ਕਰਮਾਂ ਦੇ ਬੰਦੇ, ਸਾਧੂਆਂ ਨੂੰ ਰੱਬ ਆਪ ਭੇਜਦਾ ਹੈ, ਮਹਾਂ ਉਪਕਾਰ ਦੀ ਡਿਊਟੀ ਲਗਾਉਂਦੇ ਨੇ ਗੁਰੂ ਸਾਹਿਬ, ਪਰ ਉਪਕਾਰ ਕਰਦੇ ਨੇ ਇੱਥੇ ਆ ਕੇ, ਉਪਕਾਰ ਦੀ ਡਿਊਟੀ ਗੁਰੂ ਸਾਹਿਬ ਲਗਾਉਂਦੇ, ਪਰ ਉਪਕਾਰ ਦੀ ਤੇ ਪਰਉਪਕਾਰ ਹੀ ਕਰਦੇ ਨੇ। ਇੱਕ ਗੱਲ ਚੇਤਾ ਰੱਖਿਓ, ਗੁਰਮੁਖੋ ਸਾਧੂ ਕਦੇ ਆਪਣੇ ਨਾਲ ਨਹੀਂ ਜੋੜਦਾ, ਮਹਾਪੁਰਸ਼ ਕਦੀ ਵੀ ਉਹਨੇ ਆਪਣੇ ਸਰੀਰ ਨਾਲ ਨਹੀਂ ਜੋੜਦਾ, ਉਹਨੇ ਬਸ ਇਹੀ ਕਹਿਣਾ ਹੈ ਕਿ ਸਤ ਸੰਗਤ ਚ ਆ, ਗੁਰੂ ਦੇ ਚਰਨਾਂ ਚ ਆ, ਬਾਣੀ ਪੜ੍ਹ, ਬਾਣੀ ਸੁਣ, ਤੇਰਾ ਭਲਾ ਹੋਊਗਾ। ਉਹਨਾਂ ਨੇ ਇੱਦਾਂ ਹੀ ਕਹਿਣਾ ਵੀ ਬਾਣੀ ਨੂੰ ਹਿਰਦੇ ਚੋਂ ਨਾ ਵਸਾਰੋ, ਗੁਰੂ ਸਾਹਿਬ ਜੀ ਨੂੰ ਹਿਰਦੇ ਵਿੱਚ ਨਾ ਵਸਾਰੋ। ਜਿਹਨੇ ਹਿਰਦੋਂ ਵਿੱਚ ਵਸਾਰ ਦਿੱਤਾ, ਜਿਹੜੇ ਗੁਰੂ ਸਾਹਿਬ ਨੂੰ ਭੁੱਲ ਗਏ, ਸਮਝ ਉਹਨਾਂ ਨੇ ਆਪੀ ਬਾਂਹ ਛੜਾ ਲਿਆ, ਵੀ ਗੁਰੂ ਸਾਹਿਬ ਨੇ ਤੇ ਬਾਂਹ ਫੜੀ ਹੋਈ ਸੀ ਪਰ ਉਹਨਾਂ ਨੇ ਆਪੀ। ਸਾਧੂ ਤੋੜਦਾ ਨਹੀਂ, ਸਾਧੂ ਜੋੜਦਾ ਹੈ, ਮਹਾਪੁਰਸ਼ ਸਾਧੂ। ਤੇ ਉਹਨਾਂ ਬਾਬਤ ਗੁਰੂ ਸਾਹਿਬ ਕਹਿੰਦੇ ਆ, ਸੰਤ ਜਨਾ ਮਿਲ ਹਰ ਜਾ ਸਕਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਉਹ ਬੀਬੀ ਜਦੋਂ ਭੁੱਲ ਬਖਸ਼ਾਉਂਦੀ ਹੈ ਤੇ ਕਹਿੰਦੀ ਕਰ ਦਿਓ ਬੇੜਾ ਪਾਰ ਆਪਣੇ ਹੋ ਜਾਂਦੀ ਹੈ, ਇਨਸਾਨ ਬੜੀਆਂ ਭੁੱਲਾਂ ਕਰਦਾ, ਪਰ ਗੁਰੂ ਸਾਹਿਬ ਜੀ ਨੂੰ ਅਰਦਾਸ, ਦਾਤਾ ਜੀ ਭੁੱਲਾਂ ਦਾਜ ਬਖਸ਼ ਲਿਓ, ਮਾੜੇ ਆ ਚੰਗੇ ਆ ਜਿੱਦਾਂ ਦੇ ਹੈ ਤੇਰੇ ਆ, ਤੇ ਤੇਰਿਆਂ ਦੀ ਤੈਨੂੰ ਲਾਜ, ਤੂੰ ਆਪ ਹੀ ਰੱਖ, ਤੁਸੀਂ ਆਪ ਹੀ ਰੱਖਣੀ ਗੁਰੂ ਸਾਹਿਬ ਜੀ, ਬਖਸ਼ਿਸ਼ ਕਰਕੇ ਰੱਖਿਓ, ਮਿਹਰ ਕਰਿਓ, ਸਾਡੇ ਕਲ ਜੁਗ ਜੀ ਬਾਤ ਭੁੱਲਾ ਕਰਦੇ ਆ ਪਰ ਬਖਸ਼ ਲਿਓ, ਬਖਸ਼ ਲਿਓ ਆਉਣਾ।
ਕਹਿੰਦੇ ਬਖਸ਼ ਗੁਨਾਹੀਆਂ ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਹੀਂ ਹਰ ਵੇਲੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਭਾਵੇਂ ਬੰਦਾ ਮਾੜੇ ਰਾਹ ਤੇ ਤੁਰ ਪਵੇ ਨਾ ਤੁਰੇ ਨੇ ਜਿਹੜੇ ਮਾੜੇ ਰਾਹ ਤੇ ਤੁਰੇ ਨੇ ਭਲਾ ਉਹਨਾਂ ਦਾ ਵੀ ਹੋ ਗਿਆ ਮਾੜਿਆਂ ਨੇ ਜੇ ਖਰਿਆਂ ਦਾ ਸੰਗ ਕੀਤਾ ਤੇ ਖਰਿਆਂ ਦਾ ਸੰਗ ਕਰਕੇ ਖਰੇ ਹੋ ਗਏ ਸਾਧੂ ਮਹਾਂਪੁਰਸ਼ਾਂ ਦਾ ਸੰਗ ਕਰਕੇ ਉਹ ਵੀ ਖਰੇ ਹੋ ਗਏ ਖਰੇ ਹੋ ਗਏ ਨਾਮ ਨਾਲ ਜੁੜ ਗਏ ਬਾਣੀ ਨਾਲ ਜੁੜ ਗਏ ਤੇ ਜੀਵਨ ਬਦਲ ਗਿਆ ਜੀਵਨ ਬਦਲ ਗਿਆ ਜੀਵਨ ਮੈਂ ਹਮੇਸ਼ਾ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਸੰਗਤ ਵਿੱਚ ਬਹੁਤ ਏਦਾਂ ਦੇ ਗੁਰਮੁਖ ਪਿਆਰੇ ਜਨ ਬੈਠੇ ਹੁੰਦੇ ਆ ਜਿਨ੍ਹਾਂ ਨੇ ਸਾਧੂਆਂ ਦੀ ਸੰਗਤ ਕੀਤੀ ਹੁੰਦੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਬੜੇ ਬੈਠੇ ਹੋਣਗੇ ਹੁਣ ਵੀ ਸੰਗਤ ਵਿੱਚ ਬੈਠੇ ਹੁੰਦੇ ਤੇ ਅੱਜ ਵੀ ਉਹ ਕਹਿੰਦੇ ਅੱਜ ਵੀ ਕਿ ਜਿੱਦਣ ਤੋਂ ਰੱਬ ਦੇ ਪਿਆਰੇ ਮਿਲ ਪਏ ਜਿੱਦਣ ਤੋਂ ਸਾਧੂਆਂ ਦਾ ਸੰਗ ਕੀਤਾ ਸੰਗ ਕਰਨ ਦੇ ਨਾਲ ਗੁਰੂ ਸਾਹਿਬ ਜੀ ਦੇ ਨਾਲ ਮੇਲ ਹੋ ਗਿਆ ਮਿਲਾਪ ਹੋ ਗਿਆ ਰੱਬ ਜੀ ਦੇ ਨਾਲ ਜੁੜ ਗਏ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਮਿਹਰ ਹੋ ਗਈ ਜਿੱਦਣ ਤੋਂ ਜੁੜ ਗਏ ਪਿਆਰਿਓ ਉਹ ਭਾਈ ਸਾਡਾ ਤੇ ਜੀਵਨ ਬਦਲ ਗਿਆ ਸਾਡੇ ਜੀਵਨ ਵਿੱਚ ਸਾਡੀ ਜ਼ਿੰਦਗੀ ਵਿੱਚ ਐਸਾ ਆਨੰਦ ਭਾਵ ਕਿ ਮਿਹਰ ਗੁਰਾਂ ਦੀ ਐਸੀ ਹੋ ਗਈ ਕਿ ਆਨੰਦ ਹੀ ਆਨੰਦ ਬਣ ਗਿਆ ਆਨੰਦ ਹੀ ਆਨੰਦ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਜੀਵਨ ਦੀ ਜਾਂਚ ਸਿਖਾਉਂਦੀ ਹੈ ਜੀਵਨ ਦੀ ਜਾਂਚ ਭਾਵੇਂ ਸੰਗ ਕਰਦੇ ਹਾਂ ਅਸੀਂ ਸਾਧੂਆਂ ਦਾ ਸੰਗ ਕਰਦੇ ਹਾਂ ਤੇ ਉਹ ਸੱਚ ਦਾ ਰਾਹ ਰੱਬ ਨੂੰ ਮਿਲਣ ਦਾ ਰਾਹ ਦੱਸਦੇ ਨੇ ਰੱਬ ਨਾਲ ਆਪਾਂ ਜੁੜ ਜਾਂਦੇ ਹਾਂ ਰੱਬ ਨਾਲ ਜੁੜ ਜਾਂਦੇ ਹਾਂ ਬਾਣੀ ਨਾਲ ਜੁੜ ਜਾਂਦੇ ਹਾਂ ਤੇ ਜਿਹੜੇ ਜੁੜੇ ਨੇ ਉਹ ਕਹਿੰਦੇ ਜੀਵਨ ਦੀ ਜਾਂਚ ਸਿਖਾ ਦਿੱਤੀ ਕਿਵੇਂ ਜੀਣਾ ਜੀਵਨ ਕਿਵੇਂ ਜਿਉਣਾ ਹੈ ਨਾ ਇਹ ਸਾਨੂੰ ਦੱਸ ਜੇ ਅਸੀਂ ਸਾਧੂਆਂ ਦਾ ਸੰਗ ਜੇ ਅਸੀਂ ਸਾਧੂਆਂ ਦਾ ਸੰਗ ਨਹੀਂ ਕਰਦੇ ਆ ਜੀਵਨ ਵਿੱਚ ਚੇਂਜ ਕਿੱਥੇ ਆਉਣਾ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਕਿੱਥੋਂ ਆਉਣੀ ਸੀ ਆ ਬਖਸ਼ਿਸ਼ ਕਿਰਪਾ ਰਹਿਮਤ ਕਿੱਥੋਂ ਆਉਣੀ ਸੀ ਜੇ ਅਸੀਂ ਉਹਨਾਂ ਦਾ ਸੰਗ ਨਾ ਕਰਦੇ ਧਾਰਨਾ ਆਪਾਂ ਪੜ੍ਹਦੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ ਜੇ ਖਰਿਆਂ ਦਾ ਸੰਗ ਕੀਤਾ ਤੇ ਉਹ ਖਰੇ ਹੋ ਗਏ ਸੋ ਆਓ ਜਿਵੇਂ ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਆ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਸਾਧੂਆਂ ਮਹਾਂਪੁਰਸ਼ਾਂ ਦਾ ਸੰਗ ਕਰਕੇ ਤੇ ਜੀਵਨ ਬਦਲ ਜਾਣਾ ਆਪਣਾ ਵੀ ਸਾਧੂਆਂ ਦਾ ਸੰਗ ਕਰੋ ਸਤ ਸੰਗਤ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ ਆਓ ਬਾਣੇ ਬਾਣੀ ਨਾਲ ਜੁੜੋ ਅੱਜ ਦੀ ਸਾਡੀ ਮਰਿਆਦਾ ਕੀ ਹੈ ਉਹਦੇ 'ਤੇ ਆਪਾਂ ਅਮਲ ਕਰੀਏ ਲਾਗੂ ਕਰੀਏ ਮਾਇਆ ਖਰਚਣੀ ਹੈ ਪੈਸੇ ਖਰਚਣੇ ਨੇ ਚੰਗੇ ਪਾਸੇ ਤੇ ਖਰਚੀਏ ਚੰਗੇ ਪਾਸੇ ਤੇ ਆਪਾਂ ਮਾਇਆ ਖਰਚਣੀ ਚੰਗੇ ਪਾਸੇ ਤੇ ਆਪਾਂ ਪੈਸੇ ਖਰਚਣੇ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਇਹ ਸਾਦਾ ਹੋਵੇ ਆਪਣਾ ਸਾਦਾ ਤੇ ਆਪਣੇ ਜੀਵਨ ਵਿੱਚੋਂ ਜੋ ਸਾਡੇ ਬਚਨ ਜਦੋਂ ਮਾਂ ਦੇ ਪੇਟ ਵਿੱਚ ਮਾਂ ਦੇ ਗਰਭ ਵਿੱਚ ਬੱਚਾ ਹੁੰਦਾ ਤੇ ਗੁਰੂ ਸਾਹਿਬ ਨਾਲ ਇਹ ਬਚਨ ਹੁੰਦੇ ਕਿ ਮੈਂ ਆਪਣੇ ਜੀਵਨ ਵਿੱਚ ਦਸਵੰਧ ਵੀ ਕੱਢਾਂ ਤੇ ਆਪਣੀ ਕਮਾਈ ਚੋਂ ਭਾਵੇਂ 5 ਕੱਢੋ ਭਾਵੇਂ 10 ਕੱਢੋ ਭਾਵੇਂ 20 ਕੱਢੋ ਲਾਓ ਗੁਰੂ ਜੀ ਦੇ ਲਈ ਗੁਰੂ ਜੀ ਦੀ ਗੋਲ ਪਾਓ ਦਸਵੰਧ ਕੱਢੋ ਆਪਣਾ ਜਿੰਨੀ ਤੁਹਾਡੀ ਸ਼ਰਧਾ ਭਾਵੇਂ 5 ਕੱਢੋ ਪਰ ਜ਼ਰੂਰ ਕੱਢੋ ਹੁਣ ਜਿਵੇਂ ਅਸੀਂ ਤੁਹਾਡੇ ਚਰਨਾਂ ਵਿੱਚ ਇਹ ਅਰਜੋਈ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਤੇ ਆਪਾਂ ਬੇਨਤੀ ਕਰ ਰਹੇ ਹਾਂ ਨਾ ਹੁਣ ਜੇ ਹੁਣ ਤੁਸੀਂ ਸਾਨੂੰ ਪੁੱਛੋ ਕਿ ਜੇ ਦਸਵੰਧ ਕੱਢਾਂਗੇ ਤੇ ਹੋਏਗਾ ਕੀ ਗੁਰੂ ਸਾਹਿਬ ਨੂੰ ਪੁੱਛੀਏ ਇਹ ਗੱਲ ਇਹ ਆਪਾਂ ਸਤਿਗੁਰਾਂ ਤੋਂ ਪੁੱਛੀਏ ਜੇ ਆਪਾਂ ਦਸਵੰਧ ਕੱਢਾਂਗੇ ਤੇ ਹੋਏਗਾ ਕੀ ਗੁਰੂ ਸਾਹਿਬ ਕਹਿੰਦੇ ਨੀ ਖਾਵ ਉਹ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ
ਗੁਰੂ ਸਾਹਿਬ ਨੂੰ ਮਾਇਆ ਦਾ ਇਹਨਾਂ ਦਾ ਕੋਈ ਨਹੀਂ, ਗੁਰੂ ਸਾਹਿਬ ਨੂੰ ਲਾਲਚ ਨਹੀਂ ਕੋਈ ਮਾਇਆ ਦਾ, ਕੋਈ ਲਾਲਚ ਨਹੀਂ। ਇਹ ਤੇ ਅਸੀਂ ਤੁਹਾਡੇ ਤਰਨਾਂ ਚ ਬੇਨਤੀ ਕਰ ਰਹੇ ਹਾਂ, ਜੇ ਆਪਾਂ ਦਸਬੰਧ ਕੱਢਾਂਗੇ, ਗੁਰੂ ਸਾਹਿਬ ਕਹਿੰਦੇ ਜਿਹੜਾ ਚੰਗੇ ਪੈਸੇ ਮਾਇਆ ਖਰਚੇਗਾ ਉਹਦਾ ਕੰਮ ਵੱਧਦਾ ਹੀ ਜਾਣਾ, ਵੱਧਦਾ ਹੀ ਜਾਣਾ, ਘਟਣਾ ਨਹੀਂ ਕਦੇ ਉਹਦਾ। ਕੋਈ ਵੀ ਕਾਰਜ ਆ, ਉਹਦਾ ਕੋਈ ਵੀ ਕੰਮ ਹੈ, ਕਦੀ ਨਹੀਂ ਘਟਣਾ। ਜੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਭਰੋਸਾ ਤੇ ਉਹਦਾ ਕੰਮ ਵੱਧਦਾ ਹੀ ਜਾਣਾ, ਵੱਧਦਾ। ਸੋ ਇਸ ਕਰਕੇ ਆ ਬੇਨਤੀਆਂ ਨੇ, ਇਹਨਾਂ ਨੂੰ ਆਪਾਂ ਮੰਨੀਏ ਜੀ, ਮੰਨਣਾ ਆਪਾਂ। ਸਤ ਸੰਗਤ ਕਰੋ, ਬਾਣੀ ਪੜ੍ਹੋ, ਸੱਚੇ ਸਾਧੂਆਂ ਮਹਾਂਪੁਰਸ਼ਾਂ ਦਾ ਸੰਗ ਕਰੋ, ਗੁਰੂ ਜੀ ਦੇ ਚਰਨਾਂ ਵਿੱਚ ਆਓ, ਗੁਰੂ ਸਾਹਿਬ ਜੀ ਦਾ ਪੱਲਾ ਕਦੇ ਨਾ ਛੱਡੋ। ਹਰ ਦਿਨ ਰਹਿਣ ਕੀਰਤਨ ਗਾਈਏ, ਬਹੁੜ ਨਾ ਜੋਨੀ ਪਾਈਏ, ਜਿਸ ਦੇਵੈ ਪੁਰਖ ਵਧਾਤਾ, ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਦੁਨੀਆਂ ਦੇ ਤਮਾਮ ਸੁਖ ਤਮਾਮ ਪਦਾਰਥ ਇਹਨਾਂ ਨੂੰ ਮੰਗਣ ਦੀ ਲੋੜ ਨਹੀਂ, ਤਮਾਮ ਪਦਾਰਥ ਇਹ ਆਪਣੇ ਆਪ ਮਗਰ ਮਗਰ ਆ ਜਾਂਦੇ ਨੇ। ਬਾਣੀ ਨਾਲ ਜਦੋਂ ਆਪਾਂ ਜੁੜ ਜਾਂਦੇ ਹਾਂ ਤੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨੇ, ਤੇ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਚੀਜ਼ਾਂ ਆਪਣੇ ਆਪ ਮਗਰ ਮਗਰ ਆ ਜਾਂਦੀਆਂ, ਪਰ ਇਹਨਾਂ ਵੱਲ ਧਿਆਨ ਨਾ ਰੱਖੀਏ, ਧਿਆਨ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਰੱਖੀਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਬਿਲੈ ਸੂਖ ਨਾਮ ਹਰ ਸੋਭਾ, ਚਿੰਤਾ ਵਾਹੀ ਹਮਾਰੀ, ਟੈਨਸ਼ਨਾਂ ਖਤਮ ਹੋ ਜਾਂਦੀਆਂ ਨੇ ਸਾਡੀਆਂ, ਚਿੰਤਾਵਾਂ ਲੈ ਜਾਂਦੀਆਂ। ਐਸਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਰ, ਸੁਖ ਕਿਤੇ ਨਾ ਮਿਲਦਾ ਜੀ, ਇਹ ਸਾਧੂ ਦੱਸਦੇ ਨੇ ਕਿ ਗੁਰੂ ਦੇ ਚਰਨਾਂ ਚ ਸੁਖ ਮਿਲ ਜਾਣਾ, ਕਿਤੋਂ ਨਹੀਂ ਮਿਲਣੀ, ਸੁਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰ ਚਰਨਾਂ ਵਿੱਚ ਗੁਰਬਾਣੀ ਪੜ੍ਹਨ ਵਿੱਚ ਕਾਹਦਾ ਸੰਗਣਾ, ਗੁਰਬਾਣੀ ਧਾਰਨਾ, ਧਾਰਨਾ ਗੁਰਬਾਣੀ ਦਾ, ਧਾਰਨਾ ਗੁਰਬਾਣੀ ਦਾ, ਗੁਰਬਾਣੀ ਪੜ੍ਹਨ ਵਿੱਚ ਧਾਰਨਾ ਗਾਉਣ ਵਿੱਚ ਕੋਈ ਸੰਗਣ ਦੀ ਲੋੜ ਨਹੀਂ। ਬੋਲੋ ਜਨਕ ਜੀ ਸਭ ਬੋਲੋ, ਸੁੱਖ ਕਿਤੇ ਨਾ ਮਿਲਦਾ ਜੀ, ਮਿਲਦਾ ਗੁਰਚਰਨਾਂ ਵਿੱਚ ਆ ਕੇ।
ਇਹ ਮਨ ਕਿਤੇ ਨਾ ਟਿਕਦਾ ਜੀ, ਟਿਕਦਾ ਗੁਰੂ ਚਰਨਾਂ ਵਿੱਚ ਆ ਕੇ, ਇੱਥੇ ਆ ਕੇ, ਇੱਥੇ ਆ ਕੇ ਗੁਰੂ ਦੇ ਚਰਨਾਂ ਚ ਬਹਿ ਕੇ ਏਦਾਂ ਮਨ ਚ ਖਿਆਲ ਆਉਂਦੇ ਨੇ, ਫੁਰਨੇ ਆਉਂਦੇ ਨੇ ਕਿ ਜਦ ਕਿ ਸਤਿਗੁਰੂ ਸਾਨੂੰ ਇਹ ਸਮਝਾਉਣਾ ਕਰਦੇ ਆ ਕਿ ਭਲਿਆ ਮਾੜਾ ਨਾ ਤੱਕਿਆ ਕਰ, ਮਾੜਾ ਸੋਚਿਆ ਨਾ ਕਰ, ਮਾੜਾ ਕਰਮ ਨਾ ਕਰਿਆ ਕਰ, ਮਾੜਾ ਬੋਲਿਆ ਨਾ ਕਰ, ਕਰਮ ਕਰਨੇ ਨੇ ਚੰਗੇ, ਕਰਮ ਕਰ, ਚੰਗਾ ਵੇਖ, ਚੰਗਾ ਸੁਣ, ਚੰਗਾ ਸੋਚ, ਚੰਗਾ ਸੁਣ, ਚੰਗਾ ਵੇਖ ਤੇ ਚੰਗਾ ਬੋਲ ਤੇ ਚੰਗਾ ਹੀ ਕਰ, ਐਸੇ ਕਰਮ, ਚੰਗੇ ਕਰਮ ਕਰ ਜਿਹੜੇ ਦਰਗਾਹ ਵਿੱਚ ਕੰਮ ਆਉਣ, ਦਰਗਾਹ ਵਿੱਚ ਕੰਮ ਆਉਣ, ਐਸੇ ਕਰਮ ਕਰ, ਕਿਉਂਕਿ ਜਿਹਾ ਬੀਜਾ ਸੋ ਲੁਣਾ, ਕਰਮ ਸੰਦੜਾ ਖੇਤ, ਬੰਦੇ ਨੇ ਕਰਮ ਭਾਵੇਂ ਜਿਹੋ ਜਿਹਾ ਹੀ ਕਰਨਾ ਫਲ ਉਦਾਂ ਦਾ ਹੀ ਕਰਨਾ, ਮਾੜਾ ਕਰਮ ਕਰੇਗਾ ਮਾੜੇ ਦੀ ਸਜ਼ਾ ਮਿਲ ਜਾਣੀ ਹੈ, ਜੇ ਚੰਗਾ ਕਰਮ ਕਰੇਗਾ ਚੰਗਾ ਬੀਜੇਗਾ, ਚੰਗਾ ਬੀਜੇਗਾ ਚੰਗਾ ਕਰਮ ਕਰੇਗਾ ਚੰਗੇ ਦਾ ਫਲ ਮਿਲੇ, ਜਿਹੋ ਜਿਹਾ ਹੋਇਆ ਕਰਮ ਕਰਨਾ ਫਲ ਉਦਾਂ ਦਾ ਹੀ ਮਿਲਣਾ, ਮਾੜੇ ਦੀ ਸਜ਼ਾ ਚੰਗੇ ਦਾ। ਸੋ ਇਸੇ ਤਰ੍ਹਾਂ ਉਹ ਥੋੜੀ ਜਿਹੀ ਨਾਲ ਨਾਲ ਆਪਾਂ ਵਿਚਾਰ ਕਰ ਲੈਂਦੇ ਹਾਂ, ਧਿਆਨ ਨਾਲ, ਥੋੜਾ ਸਮਾਂ ਬਾਕੀ ਰਹਿੰਦਾ, ਧਿਆਨ ਨਾਲ ਆਪਾਂ ਮਨ ਮਰਤੀਆਂ ਨੂੰ ਕਰ, ਗੁਰੂ ਦੇ ਇਤਿਹਾਸ ਦੀ ਥੋੜੀ ਜਿਹੀ ਵਿਚਾਰ ਆਪਾਂ ਸਾਂਝੀ ਕਰੀਏ, ਇੱਕ ਧਿਆਨ ਰੱਖਿਓ ਜਰਾ ਸਾਰੀ ਸੰਗਤ। ਦੂਜੇ ਗੁਰੂ ਨਾਨਕ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾ, ਖਡੂਰ ਸਾਹਿਬ ਦੀ ਧਰਤੀ, ਕਹਿੰਦੇ ਖਡੂਰ ਸਾਹਿਬ ਦੀ ਧਰਤੀ ਨੂੰ ਗੁਰੂ ਸਾਹਿਬ ਜੀ ਭਾਗ ਲਾ ਰਹੇ ਨੇ, ਤੇ ਬੜੀਆਂ ਸੰਗਤਾਂ, ਸ਼ਰਧਾਵਾਨ ਪ੍ਰੇਮ ਪਿਆਰ ਵਾਲੀਆਂ ਸੰਗਤਾਂ, ਗੁਰੂ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ, ਲੰਮੇ ਲੰਮੇ ਪਿੰਡੇ ਤੈਅ ਕਰਕੇ, ਲੰਮੇ ਲੰਮੇ ਰਸਤੇ, ਲੰਮੇ ਲੰਮੇ ਰਾਹ ਤੈਅ ਕਰਕੇ ਆਉਣਾ ਗੁਰੂ ਸਾਹਿਬ ਦੇ ਦਰਸ਼ਨ, ਦਰਸ਼ਨ ਕਰਨ ਵਾਸਤੇ ਆਉਂਦੀਆਂ ਸੀ, ਦਿਦਾਰ ਕਰਨ ਵਾਸਤੇ ਆਉਂਦੀਆਂ ਸੀ ਸੰਗਤਾਂ, ਆਉਣਾ ਤੇ ਕਹਿੰਦੇ ਉੱਥੋਂ ਦਾ ਰਹਿਣ ਵਾਲਾ ਚੌਧਰੀ ਸੀ, ਚੌਧਰੀ ਉੱਥੋਂ ਦਾ ਰਹਿਣ ਵਾਲਾ ਚੌਧਰੀ ਜਿਹਦਾ ਨਾਂ ਸੀ ਮਲੂਕਾ ਚੌਧਰੀ, ਮਲੂਕਾ ਚੌਧਰੀ ਜਿਹਦਾ ਨਾਂ ਸੀ, ਮਲੂਕਾ ਚੌਧਰੀ ਕਹਿੰਦੇ ਉਹਦਾ ਨਾਂ ਸੀ, ਤੇ ਨਿੰਦਿਆ ਬੜੀ ਕਰਦਾ ਸੀ ਗੁਰੂ ਸਾਹਿਬ ਦੀ, ਨਿੰਦਿਆ ਕਰਦਾ ਸੀ ਬੜੀ, ਤੇ ਗੁਰੂ ਸਾਹਿਬ ਬਾਬਤ ਮਾੜੇ ਸ਼ਬਦ, ਅਪ ਸ਼ਬਦ, ਅਪ ਸ਼ਬਦ ਮੰਦੇ ਸ਼ਬਦ ਬੋਲਦਾ ਸੀ, ਅਪ ਸ਼ਬਦ ਬੋਲਦਾ ਸੀ, ਮਾੜੇ ਸ਼ਬਦ ਬੋਲਦਾ ਸੀ, ਤੇ ਸੰਗਤਾਂ ਨੂੰ ਕਹਿੰਦਾ ਸ਼ਰਾਬ ਬੜੀ ਪੀਂਦਾ ਸੀ ਜੀ, ਮੱਧ ਮੱਧ, ਭਾਈ ਗੁਰਦਾਸ ਜੀ ਦੇ ਵਚਨ ਨੇ, ਮੱਧ ਪੀਵੇ ਸੋ ਨਰਕ ਮੇ ਜਾਏ, ਮੱਧ ਬੜੀ ਪੀਂਦਾ ਸੀ, ਸ਼ਰਾਬ ਬੜੀ ਪੀਂਦਾ ਸੀ ਕਹਿੰਦੇ, ਸ਼ਰਾਬ ਬੜੀ ਪੀਂਦਾ ਸੀ, ਤੇ ਮੱਧ ਪੀ ਕੇ ਸ਼ਰਾਬ ਪੀ ਕੇ ਗੁਰੂ ਸਾਹਿਬ ਨੂੰ ਬੋਲ ਕਬੋਲ ਬੋਲਦਾ, ਤੇ ਸੰਗਤਾਂ ਨੂੰ ਵੀ ਬੋਲ ਕਬੋਲ, ਵੀ ਕੀ ਕਰਨ ਜਾਂਦੇ ਹੋ ਤੁਸੀਂ ਗੁਰੂ ਦੇ ਕੋਲ, ਏਦਾਂ ਕਹਿੰਦਾ ਹੁਣ ਉਹ ਮਨਮੁਖ ਹੈ ਨਾ ਜਿਹੜਾ ਏਦਾਂ ਬੋਲ ਰਿਹਾ, ਕਹਿੰਦਾ ਕੀ ਕਰਨ ਜਾਂਦੇ ਹੋ ਤੁਸੀਂ ਗੁਰੂ ਦੇ ਕੋਲ, ਕੀ ਦਿੰਦਾ ਗੁਰੂ, ਕੀ ਮਿਲਦਾ ਉੱਥੋਂ ਤੁਹਾਨੂੰ, ਪਰ ਜਿਵੇਂ ਆਪਾਂ ਪਹਿਲਾਂ ਹੀ ਪੜ੍ਹ ਕੇ ਹਟੇ ਹਾਂ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਸਾਰੀਆਂ ਥਕਾਵਟਾਂ ਲੈ ਜਾਂਦੀਆਂ, ਦੁੱਖਾਂ ਦਾ ਨਾਸ਼ ਹੋ ਜਾਂਦਾ, ਕਲੇਸ਼ਾਂ ਦਾ ਨਾਸ਼ ਹੋ ਜਾਂਦਾ, ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਤੇ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ, ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਕਰਨ, ਰਹਿਮਤਾਂ ਕਰਨ, ਉਹ ਤੇ ਜ਼ਿੰਦਗੀ ਬਦਲ ਦਿੰਦਾ, ਪਰ ਉਹ ਇਹ ਕਹਿ ਕਹਿ ਕੇ ਆਪਣੀ ਜ਼ਿੰਦਗੀ ਬਰਬਾਦ ਕਰਦਾ, ਮਾੜੇ ਮਾੜਾ ਸ਼ਬਦ ਬੋਲਦਾ, ਅਪ ਸ਼ਬਦ ਬੋਲਦਾ, ਸੰਗਤਾਂ ਨੂੰ ਬੋਲ ਕਬੋਲ ਏਦਾਂ, ਜਦੋਂ ਬੋਲ ਕਬੋਲ ਸ਼ਬਦ ਬੋਲਦਾ, ਕਹਿੰਦੇ ਸੰਗਤਾਂ ਨੇ ਜਾਣਾ ਗੁਰੂ ਸਾਹਿਬ ਦੇ ਕੋਲ, ਕਹਿੰਦੇ ਫਿਰ ਸੰਗਤਾਂ ਜਾ ਕੇ ਮਹਾਰਾਜ ਦੇ ਕੋਲ ਉਹਦੀ ਸ਼ਿਕਾਇਤ ਕਰਨੀ, ਮਲੂਕੇ ਚੌਧਰੀ, ਭਾਵ ਕਿ ਸੰਗਤਾਂ ਜਾ ਕੇ ਮਹਾਰਾਜ ਨੂੰ ਸ਼ਿਕਾਇਤ ਕਰਦੀਆਂ, ਕਹਿੰਦੀਆਂ ਕਿ ਮਹਾਰਾਜ
ਆ ਜਿਹੜਾ ਚੌਧਰੀ ਹੈ ਨਾ, ਚੌਧਰੀ ਮਲੂਕਾ ਚੌਧਰੀ, ਮਰ ਬੜੀ ਮਦ ਪੀਂਦਾ, ਬੜੀ ਸ਼ਰਾਬ ਪੀਂਦਾ, ਮਦ ਪੀ ਕੇ ਸ਼ਰਾਬ ਪੀ ਕੇ ਉਹ ਸਾਨੂੰ ਤੇ ਤੁਹਾਨੂੰ ਕਿੰਨੇ ਬੋਲ ਕਬੂਲ ਸ਼ਬਦ ਬੋਲਦਾ ਸੀ ਤੇ ਦੱਸ ਨੀ ਸਕਦੇ। ਸੰਗਤਾਂ ਕਹਿੰਦੀਆਂ ਨੇ ਗੁਰੂ ਸਾਹਿਬ ਮਹਾਰਾਜ ਉਹਦੇ ਬੜੇ ਅਪ ਸ਼ਬਦ ਬੋਲਦਾ, ਬੜੇ ਬੰਦੇ ਸ਼ਬਦ ਬੋਲਦਾ। ਮਹਾਰਾਜ ਕਹਿੰਦੇ ਕੋਈ ਗੱਲ ਨੀ ਭਾਈ, ਅਸੀਂ ਉਹਨੂੰ ਕੁਝ ਨੀ ਕਹਿਣਾ, ਤੁਸੀਂ ਵੀ ਨਾ ਕਹਿਣਾ ਤੇ ਅਸੀਂ ਵੀ ਕੁਝ ਨੀ ਕਹਿਣਾ, ਤੁਸੀਂ ਵੀ ਕੁਝ ਨੀ ਕਹਿਣਾ, ਅਸੀਂ ਵੀ ਕੁਝ ਨੀ ਕਹਿਣਾ। ਉਹ ਜੇ ਮਾੜਾ ਬੋਲੇਗਾ, ਮਾੜਾ ਕਰਮ ਕਰੇਗਾ, ਮਾੜਾ ਬੀਜੇਗਾ, ਉਹਨੂੰ ਫਲ ਆਪਣਾ। ਸੰਗਤਾਂ ਕਹਿੰਦੀਆਂ ਮਹਾਰਾਜ ਅਸੀਂ ਤੇ ਸੁਣ ਨੀ ਸਕਦੇ, ਸੁਣ ਨਹੀਂ ਸਕਦੇ, ਸਾਥੋਂ ਸੁਣਿਆ ਨਹੀਂ ਜਾਂਦਾ ਜਦੋਂ ਤੁਹਾਨੂੰ ਇੰਨੇ ਅਪ ਸ਼ਬਦ ਬੋਲਦਾ, ਇੰਨੇ ਬੰਦੇ ਸ਼ਬਦ ਬੋਲਦਾ, ਸਾਥੋਂ ਸੁਣਿਆ ਨਹੀਂ ਜਾਂਦਾ ਜਦੋਂ ਏਦਾਂ ਸੰਗਤਾਂ ਕਹਿੰਦੀਆਂ ਨੇ ਨਾ।